जंटे बाई को करते गल बात फार्म मरगाडा देखोगे पूरा नवा पिया जमाइन ओके दी कंडीशन आ गई ते रेट की रखा है रेट भी ਵੇਚਣ ਵਾਲਾ ਦੇ ਦਾਂਗੇ ਟ੍ਰੈਕਟਰ 85000 ਦਾ ਦੇ ਦਾਂਗੇ ਆਪਾਂ ਠੀਕ ਆ ਕਿੰਨੇ ਕੱਲੇ ਦੀ ਦੱਸੀ ਦਾ 95 195 ਲਿਖਿਆ ਠੀਕ ਆ ਮਾਪ ਦਾ ਨਿਕਲੇ 85 ਦਾ ਨਹੀਂ ਨਹੀਂ ਬਾਈ ਜੀ ਡਿਸਕਾਊਂਟ ਕਰਕੇ ਦਵਾਂਗੇ ਤੁਸੀਂ ਜਿਹੜਾ ਬੰਦਾ ਤੁਸੀਂ ਵੀਡੀਓ ਬਣਾ ਰਹੇ ਆ ਠੀਕ ਤੇ ਤੁਹਾਡੇ ਥਰੂ ਆਊਗਾ ਡਿਸਕਾਊਂਟ ਕਰਾ ਕੇ ਦਵਾਂਗੇ ਠੀਕ ਆ ਬਾਈ ਜੇ ਆਪਣੇ ਥਰੂ ਆਊਗਾ ਤਾਂ ਇੱਲ ਤਿਲਾਣੇ ਦਾ ਨਾਮ ਲਊਗਾ ਤਾਂ ਬਾਈ ਕਹਿੰਦੇ ਡਿਸਕਾਊਂਟ ਕਰਕੇ ਦੇ ਦਾਂਗੇ ਡਿਸਕਾਊਂਟ ਕਰਕੇ ਦੇ ਤੇ ਪੰਜਾਬ ਨੰਬਰ ਆਏ ਬਾਈ ਪੰਜਾਬ ਨੰਬਰ ਤੇ ਜਿੰਨੇ ਹੈਗੇ ਨੇ ਸਾਰੇ ਪੰਜਾਬ ਨੰਬਰ ਹੀ ਨੇ ਬਾਈ ਪੰਜਾਬ ਹੀ ਪੰਜਾਬ ਠੀਕ ਆ ਤੇ ਅਗਲੇ ਟ੍ਰੈਕਟਰ ਇਸ ਬਾਰੇ ਗੱਲਬਾਤ ਕਰ ਦੇਾਂਗੇ ਇਸ ਆ ਮਿਊਜ਼ਿਕ ਸਿਸਟਮ ਸਾਰਾ ਲੱਗਾ ਹੋਇਆ ਛਤਰੀ ਕੱਲਾ ਸਿਸਟਮ ਹੀ 30000 ਵਾਲਾ ਬਾਈ ਜੀ ਇੱਥੇ ਲੱਗਾ 30 ਤੋਂ ਉੱਤੇ ਲੱਗਾ ਸੀ ਪਲੱਸ ਆਪਾਂ 30 ਦਾ ਗਣਦੇ ਆ ਠੀਕ ਆ ਬਾਈ ਉੱਤੇ ਲੱਗਾ ਹੈ ਨਵੇਂ ਆ ਮਗਰ ਜੇਕੇ ਦੇ ਨਵੇਂ ਆ ਠੀਕ ਆ ਬਾਈ ਮੂਰਲੇ ਵੀ ਜੇਕੇ ਦੇ ਨਵੇਂ ਆ ਮੁਕੇ ਯਾਰ ਆਪਾਂ ਮੌਕੇ ਤੇ ਟ੍ਰੈਕਟਰ ਦੇ ਦਾਂਗੇ 265000 ਦੇ ਠੀਕ ਆ ਜੀ ਮਾਡਲ ਕਿੰਨਾ ਸੀਗਾ ਬਾਈ ਮਾਡਲ ਵੀਰ ਜੀ 2011 ਮਾਡਲ ਆ 2011 ਮਾਡਲ ਆ ਤੇ ਪੰਜਾਬ ਨੰਬਰ ਆ 450 PB03 ਨੰਬਰ ਆ PB03 ਨੰਬਰ ਆ ਕਿੱਥੋਂ ਦਾ ਬਈਆ PB03 ਮੇਰੇ ਤਿੰਨ ਪਤਾ ਨਹੀਂ ਯਾਰ ਹੈ ਦਾ ਪੰਜਾਬ ਦਾ ਹਾਂਜੀ ਡਬਲ ਠੀਕ ਆ ਬਈ ਨਾਲ ਨਾਲ ਬਾਈ ਸੌਦੇ ਵੀ ਕਰਾ ਰਹੇ ਨੇਗੇ ਤੇ ਕੰਡੀਸ਼ਨ ਵਜੋਂ ਜਮਾ ਸਾਫ ਆਗਾ ਬਈ ਜੀ ਤੇ ਰੇਟ ਕੀ ਰੱਖਿਆ ਜਾਇਦ ਰੇਟ ਵੀ 265000 ਦਾ ਟ੍ਰੈਕਟਰ ਦੇ ਦਾਂ 265000 ਰੁਪਏ ਦਾ ਟ੍ਰੈਕਟਰ ਦੇ ਦਾਂਗੇ ਮੰਨ ਕੇ ਚੱਲੋ ਠੀਕ ਠੀਕ ਜਿਹਾ ਰੇਟ ਹੀ ਹੈਗਾ ਹਾਂਜੀ ਬੜਾ ਉੱਤੇ ਵੀ ਨਹੀਂ ਬੜਾ ਥੱਲੇ ਵੀ ਵੀਰੇ ਜਾਇਜ਼ ਹੋਣਗੇ ਆਪਣੇ ਰੇਟ ਜਿਵੇਂ ਕਹਿੰਦੇ ਜਾਇਜ਼ ਹੋਣਗੇ ਬਈ ਬਾਕੀ ਮੰਡੀ ਨਾਲੋਂ ਪਈ ਜਾਂਦਾ ਉਹ ਜਿਹੜੇ ਰੇਟ ਹੋਣਗੇ ਜੇ ਵੀ ਜਾ ਟ੍ਰੈਕਟਰ ਜਾਇਜ਼ ਰੇਟ ਹੋਣਗੇ ਠੀਕ ਆ ਜਾਇਜ਼ ਰੇਟ ਦੇ ਟ੍ਰੈਕਟਰ ਰੱਖਦਾਗਾ ਬਾਈ ਵੀ ਜਿਵੇਂ ਲੈ ਸਕੇ ਹਰੇਕ ਬਾਈ ਆ ਹਾਂਜੀ ਦੇਖੋ ਵੀਰ ਜੀ ਮੰਨ ਲਓ ਜੇ ਤੁਸੀਂ ਪਲੱਸ ਹੀ ਕਹਿੰਦੇ ਤੇ 40000 ਰੁਪਏ ਦਾ ਸਿਸਟਮ ਆ ਸਾਰਾ ਸਨੇ ਛਤਰੀ ਸਨੇ ਛਤਰੀ ਤੇ ਚਾਰੇ ਟਾਇਰ ਨਵੇਂ ਆ ਟ੍ਰੈਕਟਰ ਨੂੰ ਚਾਰੇ ਟਾਇਰ ਨਵੇਂ ਆ ਗਏ ਤੇ ਦੇਖ ਲਓ ਆਪ ਸੋਚ ਲਓ ਵੀ ਮਗਰ ਕੀ ਰਹਿ ਗਿਆ ਵਿੱਚ ਠੀਕ ਆ ਤੇ ਇਹ ਵੀ ਡਿਸਟ੍ਰੀਬਿਊਟਰ ਜਾਵਾਂਗੇ ਹਾਂਜੀ ਡਿਸਟ੍ਰੀਬਿਊਟਰ ਨਹੀਂ ਵੀਰੇ ਇਹ ਸੈਂਪਲ ਚਾਹੁੰਦੇ ਆ ਇਹ ਸੈਂਪਲ ਚਾਹੁੰਦੇ ਹਾਂਜੀ ਸੈਂਪਲ ਚਾਹੁੰਦੇ ਤੇ ਅੱਗੇ ਹੈਗਾ ਫਾਰਮ ਟ੍ਰੈਕ ਹੋਰ ਇਹ ਹੈਗਾ ਜੀ ਪੰਜਾਬ ਨੰਬਰ ਆ 96 ਮਾਡਲ ਆ ਵੀਰ ਜੀ ਠੀਕ ਆ ਜੀ ਮਗਰ ਹੈਗੇ ਆ 60 ਤੋਂ 65 ਪੈਸੇ ਟਾਇਰ ਐ ਮਾਰਫ ਦੇ ਮੂਲੇ ਨਵੇਂ ਐ ਮਾਰਫ ਦੇ ਆ ਠੀਕ ਆ ਮਿਊਜ਼ਿਕ ਸਿਸਟਮ ਇਹਦੇ ਵੀ ਲੱਗਾ ਮਿਊਜ਼ਿਕ ਸਿਸਟਮ ਇਹਦੇ ਤੇ ਵੀ ਲੱਗਾ ਹੋਇਆ ਵੀਰੇ ਠੀਕ ਆ ਤੇ ਪੀਵੀ 39 ਇਹਦਾ 39 ਆ 39 ਨੰਬਰ ਆ ਠੀਕ ਆ ਬਾਈ ਜੀ ਤੇ ਰੇਟ ਕੀ ਰੱਖਿਆ ਬਾਈ ਇਹਦਾ ਰੇਟ ਵੀਰੇ ਨੈਟ ਦੇਵਾਂਗੇ ਟ੍ਰੈਕਟਰ 165000 ਦਾ 165000 ਰੁਪਏ ਦਾ ਠੀਕ ਆ ਤੇ ਸਭ ਕੁਝ ਹੋਰ ਵਗੈਰਾ ਚੱਕ ਲਗਾ ਸੁੱਕਾ ਟ੍ਰੈਕਟਰ ਆ ਪੰਜਾਬ ਨੰਬਰ ਆ ਰੀਨਲ ਟ੍ਰੈਕਟਰ ਆ ਇੰਜਨ ਗੇਅਰ ਦਾ ਸਹੀ ਠੀਕ ਆ ਤੇ ਸੈਲਫ ਸੂਲ ਪਤਾ ਕਰਦਾ ਹਾਂ ਵੀਰੇ ਓਕੇ ਆ ਓਕੇ ਡਬਲ ਕਲਚ ਡਬਲ ਕਲਚ ਡਬਲ ਕਲਚ ਆ ਵੈਸੇ ਹੁਣ ਸਿੰਗਲ ਕਲਚ ਜੀ ਹੁੰਦੇ ਨਹੀਂ ਨਹੀਂ ਵੀਰੇ ਡਬਲ ਆ ਡਬਲ ਜੀ ਹੁੰਦੇ ਨੇ ਡਬਲ ਜੀ ਇੱਕ ਨਹੀਂ ਨਹੀਂ ਇਹ ਆਇਆ ਹੋ ਸਕਦਾ ਡਬਲ ਕਰਾਇਆ ਹੋਇਆ ਡਬਲ ਕਰਾਇਆ ਹੋਇਆ ਠੀਕ ਆ ਡਬਲ ਇਸ ਵਕਤ ਡਬਲ ਕਲਚ ਠੀਕ ਆ ਬਾਈ ਤੇ ਅਗਲਾ ਹੈਗਾਗਾ ਸੋਨਾਲੀਕਾ DI 60 60 ਦਾ ਜੀ ਠੀਕ ਆ ਬਾਈ 12 ਮਾਡਲ ਆ ਆਲ ਰੀਜਨਲ ਆ ਨਾਲ ਦੇ ਟਾਇਰ ਆ ਠੀਕ ਆ ਬਾਈ ਆ ਰੀਜਨ ਹੈਗਾ ਤੇ ਟਾਇਰ ਨਾਲ ਦੇਣਗੇ 12 ਮਾਡਲ ਆ ਜੇ ਮੰਨ ਕੇ ਚੱਲੋ ਵਧੀਆ ਬਾਲਾ ਚੱਲਿਆ ਹੁੰਦਾ ਹੈ ਨਾ ਤਾਂ ਤਕਰੀਬਨ ਇੱਕ ਜੋੜੀ ਹੋਰ ਕਿਸਾ ਤੇ ਹਾਂ ਜੋੜੀਆਂ ਚੇਂਜ ਹੋਈਆਂ ਹੋਣੀਆਂ ਸੀ ਆ ਹਾਲੇ ਤੱਕ ਨਾਲ ਦੇ ਟਾਇਰ ਆ ਦੇ ਠੀਕ ਆ ਪ੍ਰੈਸਾ ਟਰੈਕਟਰ ਆ ਹਾਂਜੀ ਠੀਕ ਆ ਬਾਈ ਜੀ ਕੰਡੀਸ਼ਨ ਬਾਕੀ ਰੀਨ ਵਾਲਾ ਟਰੈਕਟਰ ਸਾਫ ਬਹੁਤ ਪਿਆ 12 ਮਾਡਲ ਆਗਾ ਤੇ ਮਾ ਦਾ ਮਗਾਡਾਂ ਦਾ ਸ਼ੋਅ ਦਾ ਪੂਰਾ ਸੋਹਣਾ ਟਰੈਕਟਰ ਪਿਆ ਠੀਕ ਆ ਸਾਫ ਕੰਡੀਸ਼ਨ ਦਾ ਐਨ ਓਕੇ ਆ ਜੀ ਛਾਤਰੀ ਵਗੈਰਾ ਬਾਈ ਲੱਗੀ ਹੋਈ ਆ ਗਈ ਤੇ ਗੱਦੀਆਂ ਗੁੱਦੀਆਂ ਵੀ ਵਧੀਆ ਐਨ ਓਕੇ ਲੱਗ ਜਾਵੇ ਨੇ ਜੋ ਚੀਜ਼ਾਂ ਨਾਲ ਦੀਆਂ ਹੀ ਨਹੀਂ ਹਲੇ ਤੱਕ ਠੀਕ ਆ ਬਾਈ ਤੇ PTO ਤੇ ਡਿਸਟ੍ਰੀਬਿਊਟਰ ਆ ਬਾਈ ਬਾਕੀ ਦੇ ਚੁੱਕੇ ਹੋ ਤੇ ਆਪਾਂ ਦੇਖੋ ਅਗਲਾ ਟ੍ਰੈਕਟਰ
लो भाई जी 93 मॉडल आ ते रेट की रखा जाए जी? रेट भी 1,20,000 रुपया। 1,20,000 रुपया जाए रेट रखा गया। छतरी छुतरी लगी आ सारा ओरिजिनल है भाई? हां जी ओरिजिनल सारा ओरिजिनल आ जी। मगरले टायर अद्धे आ? मगरले टायर अद्धे आ गए। हां जी देसी आ मूल एमआरएफ दे अद्धे ज्यादा आ। ठीक अद्धे नाल ज्यादा गए ते रेट रखा 1,20,000 रुपया। ਤੇ ਨੰਬਰ ਬੋਲ ਦੋ ਬਾਈ ਆਪਣਾ। ਨੰਬਰ ਵੀਰੇ 9501135301। ਇੱਕ ਵਾਰੀ ਹੋਰ ਬੋਲ ਦੋ ਬਾਈ 9501135301। ਠੀਕ ਆ ਬਾਈ। ਤੇ ਬਾਕੀ ਜੇ ਇਹਨਾਂ ਤੋਂ ਬਗੈਰ ਹੋਰ ਟਰੈਕਟਰ ਆਪਣੇ ਕੋਲ ਕਿੰਨੇ ਹੁੰਦੇ ਨੇ? ਇਹਦੇ 5-6 ਟਰੈਕਟਰ ਆਮ ਹੀ ਹੁੰਦੇ ਖੜੇ ਕਰਦੇ। ਠੀਕ ਆ ਆਮ ਹੀ 5-6 ਟਰੈਕਟਰ ਖੜੇ ਹੁੰਦੇ ਨੇ ਬਾਈ। ਟਰਾਲੀਆਂ ਖੜੀਆਂ ਹੁੰਦੀਆਂ, ਹਾਲ ਸੁਹਾਗਾ ਸਭ ਕੁਝ। ਠੀਕ ਆ ਬਾਈ। ਤੋਂ ਹਾਲ ਸੁਹਾਗਾ ਕੋਈ ਵੀ ਚੀਜ਼ ਲੈਣੀ ਹੋਵੇ ਤਾਂ ਲੈ ਸਕਦੇ? ਕੋਈ ਵੀ ਚੀਜ਼ ਆ ਮਿਲਦੀ ਆਪਣੇ। ਠੀਕ ਆ ਬਾਈ ਧੰਨਵਾਦ। ਮਿਲਦੇ ਅਗਲੇ ਬਾਈ। ਲਓ ਬਾਈ ਜੀ ਆਪਾਂ ਬਾਈ ਦਾਰੇ ਕੋਲੇ ਆਏ ਸੀਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕਿਹੜਾ ਪਿੰਡ ਆ ਬਾਈ ਜੀ? ਆਪਣਾ ਪਿੰਡ ਮਾੜੀ ਮੋਸਤਫਾ ਵੀਰ ਜੀ। ਠੀਕ ਆ ਬਾਈ ਜੀ। ਵਪਾਰ ਦਾ ਕੰਮ ਆ ਬਾਈ? ਹਾਂਜੀ ਵੀਰੇ ਵਪਾਰ ਦਾ ਕੰਮ। ਇਹ ਹਰ ਮੰਡੀ ਉਰੇ ਮਿਲਦੇ ਆਂਗੇ? ਹਾਂਜੀ ਉਰੇ ਮਿਲਦੇ ਆ। ਹਰ ਮੰਡੀ ਇੱਥੇ ਮਿਲਦੇ ਆ ਵੀਰੇ। ਠੀਕ ਆ। ਕਿੰਨੇ ਟਰੈਕਟਰ ਲੈ ਕੇ ਆਏ ਆਂਗੇ? ਆਪਣੇ ਕੋਲੇ ਹੁੰਦੇ 3-3, 4-4 ਟਰੈਕਟਰ। ਠੀਕ ਆ। ਤੇ ਅੱਜ 4 ਲੈ ਕੇ ਆਏ? ਅੱਜ 3 ਟਰੈਕਟਰ ਵੀਰ ਜੀ। ਠੀਕ ਆ ਬਾਈ ਜੀ। ਤੇ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰ ਦੇਂਗੇ। ਪਹਿਲਾ ਹੈਗਾ ਸੋਨਾਲੀਕਾ 750 3 ਸਪੀਡ ਜੀ? ਨਾ ਨਾ 2 ਸਪੀਡ ਹੀ ਆ ਵੀਰ ਜੀ। ਠੀਕ ਆ। 2 ਸਪੀਡ ਆ ਗਏ। ਕਿੰਨੇ ਸਿਲੰਡਰ ਬਾਈ? 4 ਸਿਲੰਡਰ ਵੀਰ ਜੀ। 4 ਸਿਲੰਡਰ ਹੈਗਾ। ਤੇ ਕਿੰਨੇ ਮਾਡਲ ਆ ਬਈ ਜੀ? 7 ਮਾਡਲ ਵੀਰ ਜੀ, ਪੰਜਾਬ ਨੰਬਰ। ਠੀਕ ਆ। ਜਿੰਨਾ ਟਰੈਕਟਰ ਆ ਸਾਰਾ ਓਰੀਜਨਲ ਆ? ਸਾਰਾ ਓਰੀਜਨਲ ਟਰੈਕਟਰ ਆ ਵੀਰ ਜੀ। ਬਾਈ ਜੀ 84 ਤੋਂ ਬਗੈ ਕੇ ਦਿਖ ਹੀ ਰਿਹਾਗਾ ਕਿ ਜਿੰਨਾ ਟਰੈਕਟਰ ਆ ਸਾਰਾ। ਕੋਈ ਪੇਂਟ ਸੈਂਟ ਵਗੈਰਾ ਨਹੀਂ ਵੀਰੇ? ਠੀਕ ਆ ਬਾਈ ਜੀ। ਤੇ ਮਗਲੇ ਟਾਇਰ ਕਿੰਨੇ ਕ ਪੈ ਹੁੰਦੇ ਬਈ? ਮਗਲੇ ਟਾਇਰ ਤਾਂ ਹੈਗੇ ਵੀਰੇ 30 ਪੈਸੇ। ਠੀਕ ਆ। ਹਾਂਜੀ ਤੋਂ 35 ਇੰਜਨ ਗੇਅਰ ਦਾ ਚੰਗਾ ਟਰੈਕਟਰ। ਠੀਕ ਆ। ਇੰਜਨ ਗੇਅਰ ਦੀ ਗਾਰੰਟੀ ਆ ਗਈ? ਹਾਂਜੀ ਵੀਰ ਜੀ। ਠੀਕ ਆ। ਮੂਰਲੇ ਕਿੰਨੇ ਹੋਣਗੇ ਬਈ? ਮੂਰਲੇ ਹੈਗੇ 80 ਪੈਸੇ ਟਾਇਰ ਵੀਰੇ। ਮੂਰਲੇ 80 ਪੈਸੇ ਹੈਗੇ। ਤੇ ਪੰਜਾਬ ਨੰਬਰ ਆ ਬਾਈ ਜੀ? ਪੰਜਾਬ ਨੰਬਰ ਵੀਰ ਜੀ। ਤੇ ਜਿੰਨੇ ਟਰੈਕਟਰ ਸਾਰੇ ਪੰਜਾਬ ਨੰਬਰ ਹੀ ਬਾਈ ਜੀ? ਹਾਂਜੀ ਵੀਰ ਜੀ ਪੰਜਾਬ ਨੰਬਰ ਹੀ ਆ। ਠੀਕ ਆ ਬਾਈ ਜੀ। ਕੰਡੀਸ਼ਨ ਵਜੋ ਓਕੇ ਹੈਗਾ, ਸਾਫ ਸੁਥਰਾ ਟਰੈਕਟਰ ਹੈਗਾ। ਤੇ ਬਾਕੀ ਬਾਈ ਗਾਰੰਟੀ ਜ਼ਰੂਰ ਦੇ ਰਹੇ ਨੇਗੇ। ਤੇ ਮਗਰ ਪਿੱਛੇ ਦਿਖਾ ਦਈਏ ਆਪਾਂ ਵੀਰੇ ਵਾਰ ਵਾਲੇ। ਤੇ ਕਿੰਨੇ ਦੀ ਕੰਡੀਸ਼ਨ ਹੈਗੀ? ਸਾਫ ਕੰਡੀਸ਼ਨ ਦਾ ਟਰੈਕਟਰ ਹੈਗਾ। ਤੇ ਪੀਟੀਓ ਵਗੈਰਾ ਲੱਗਿਆ ਹੋਇਆ ਹੈਗਾ ਬਾਈ ਜੀ। ਤੇ ਡਿਸਟ੍ਰੀਬਿਊਟਰ ਤਾਂ ਨਹੀਂ ਹੈਗਾ ਬਾਈ ਜੀ। ਠੀਕ ਹੈ। ਤੇ ਆ ਜਾਓ ਆਪਾਂ ਅਗਲੇ ਟਰੈਕਟਰ ਬਾਰੇ ਚੱਲਦੇ ਹਾਂ। ਲਓ ਬਾਈ ਜੀ, ਇਹਗਾ ਫਾਰਮ 60 ਵੀਰ ਜੀ। ਸੈਲਫ ਸੋਲਵ ਹੋ ਜਾ ਓਕੇ? ਸਭ ਕੁਝ ਓਕੇ। ਇੰਜਨ ਗੇਅਰ ਦਾ ਓਕੇ। ਨਵੀਂ ਸਰਵਿਸ ਹੋਈ ਆ ਵੀਰ ਜੀ ਟਰੈਕਟਰ ਦੀ। ਠੀਕ ਆ ਬਾਈ ਜੀ। ਮਗਰ ਆਟਾ ਪੱਖੋ ਵੀ ਓਕੇ ਹੈਗਾ। ਟਾਇਰ ਕਿੰਨੇ ਪਏ ਹੋਣਗੇ ਬਈ? ਮਗਰ ਟਾਇਰ ਹੈਗੇ ਵੀਰ ਜੀ 70 ਰੁਪਏ ਇਹਦੇ। ਠੀਕ ਆ ਜੀ। ਤੇ ਫਰੰਟ ਜੀ ਬੀਟੀਕੇ ਦੇ ਟਾਇਰ ਆ। ਫਰੰਟ ਪੈਸੇ 30 ਪੈਸੇ ਫਰੰਟ ਟਾਇਰ ਵੀਰ ਜੀ। 30 ਤੋਂ 40 ਪੈਸੇ ਹਾਂਜੀ ਫਰੰਟ ਨੇਗੇ। ਤੇ ਟਰੈਕਟਰ ਓਰੀਜਨਲ ਆ ਜਿੰਨਾ? ਟਰੈਕਟਰ ਓਰੀਜਨਲ ਆ ਵਧੀਆ ਵੀਰੇ। ਇੰਜਨ ਗੇਅਰ ਦਾ ਫੁੱਲ ਓਕੇ ਆ। ਸਰਵਿਸ ਨਵੀਂ ਹੋਈ ਆ ਟਰੈਕਟਰ ਦੀ। ਠੀਕ ਆ। ਤੇ ਮਾਡਲ ਕਿੰਨਾ ਬਈ? ਮਾਡਲ 98 ਜੀ, ਪੰਜਾਬ ਨੰਬਰ। ਡਬਲ ਕਲਚ? ਡਬਲ ਕਲਚ ਹਾਂਜੀ। ਡਬਲ ਕਲਚ ਹੈਗਾ। ਤੇ ਰੇਟ ਕੀ ਰੱਖਿਆ ਬਈ ਇਹਦਾ? ਰੇਟ ਦਾ 2-10 ਮੰਨਦੇ ਆ ਵੀਰ ਜੀ। ਜਾਇਜ਼ ਦੇ ਦਾਂਗੇ 90 ਦਾ ਜੀ। 90 ਦਾ 20,000 ਘਟ ਗਿਆ। ਬਾਕੀ ਜੇ ਆਪਣੇ ਚੈਨਲ ਦਾ ਨਾਮ ਲੈ ਕੇ ਆਉਂਗੇ ਠੀਕ ਆ ਬਾਈ, ਮਾਨਤਾਨ ਕਰਾਂਗੇ ਵੀਰ। ਹੋਰ ਵੀ ਮਾਨਤਾਨ ਕਰ ਦਾਂਗੇ। ਕੱਲ ਚਾਹ ਤਾਂ ਭੇਜ ਦਿਓ। ਹਾਂਜੀ ਭੇਜ ਦਾਂਗੇ ਵੀਰ। ਠੀਕ ਆ। ਤੇ ਆਜੋ ਆਪਾਂ ਅਗਲੇ ਟਰੈਕਟਰ ਕੋਲ ਚੱਲਦੇ ਆਂਗੇ। ਤੇ ਅਗਲਾ ਟਰੈਕਟਰ ਹੈਗਾ ਨਿਊ ਹਾਲੈਂਡ ਹੈ ਬਾਈ 40-10। ਹਾਂਜੀ। ਤੇ ਇਹ ਕਿਹੜੇ ਕਿਹੜੇ ਚ ਹੁੰਦੇ ਨੇ ਬਈ? ਇੱਕ 40-10 ਹੋ ਗਿਆ ਨਾ, ਇੱਕ 36, ਇੱਕ 40-10, ਇੱਕ 45-10, 47-10। ਠੀਕ ਆ ਬਈ। ਹਾਂਜੀ। ਤੇ ਇਹ ਟੌਪ ਮਾਡਲ ਚਾ? ਹਾਂ ਟੌਪ ਮਾਡਲ ਆ ਵੀਰੇ ਇਹ। 12 ਮਾਡਲ ਆ। 12 ਮਾਡਲ ਆ। ਸਾਈਡ ਤੇ ਗੇਅਰ ਨੇ ਗਏ। ਤੇ ਸਾਈਡ ਤੇ ਗੇਅਰਾਂ ਤੋਂ ਵੈਸੇ ਪਤਾ ਲੱਗ ਜਾਂਦਾ ਬਈ ਟੌਪ ਮਾਡਲ ਆ। ਹਾਂਜੀ। ਠੀਕ ਆ। ਤੇ ਕੰਡੀਸ਼ਨ ਵਜੋਂ ਓਕੇ ਹੈਗਾ। ਟਾਇਰ ਕਿੰਨੇ ਪਏ ਹੋਣਗੇ ਬਈ ਮਗਰਲੇ? ਮਗਰਲੇ ਟਾਇਰ ਹੈਗੇ ਆ ਵੀਰੇ 45 ਪੈਸੇ। ਠੀਕ ਆ। 45 ਪੈਸੇ ਤੇ ਨਾਲ ਦੇ ਟਾਇਰ ਆ ਟਰੈਕਟਰ ਦੇ। ਠੀਕ ਆ। ਨਾਲ ਦੇ ਟਾਇਰ ਆ ਗਏ। ਹਾਂਜੀ ਠੀਕ ਆ। ਫਿਰ ਤਾਂ ਠੀਕ ਆ ਗਏ ਨਾਲ ਦੇ ਨੇਗੇ। ਨਾਲ ਦੇ ਟਾਇਰ ਆ। ਠੀਕ ਆ। ਤੇ ਫਰੰਟ ਹੋਣਗੇ 80 ਕੁ ਪੈਸੇ ਹਨਾ? ਹਾਂਜੀ ਵੀਰ ਜੀ। 90 ਤਕਰੀਬਨ ਨਵੇਂ ਵਾਂਗੂ ਪੈਣਗੇ। ਤੇ ਪ੍ਰੈਸਰ ਟਰੈਕਟਰ ਹੈਗਾ। ਤੇ ਰੇਟ ਕੀ ਰੱਖਿਆ ਬਈ ਜਾਇਦ? ਰੇਟ ਦਾ 2,60,000 ਰੁਪਇਆ ਮੰਗਦੇ ਵੀਰੇ। 2,60,000 ਰੁਪਇਆ ਰੇਟ ਮੰਗਦੇ ਨੇ। ਹਾਂਜੀ। ਤੇ ਕੰਡੀਸ਼ਨ ਵਜੋਂ ਬਈ ਐਨ ਸਾਫ ਹੈਗਾ। ਤੇ ਗਲੇ ਗੁਲੇ ਤਾਂ ਨਹੀਂ ਹੈਗਾ ਬਈ ਕੋਈ? ਨਾ ਵੀਰੇ। ਠੀਕ ਆ ਬਈ। ਸਾਫ ਕੰਡੀਸ਼ਨ ਹੈਗਾ। ਬਾਕੀ ਦਿਖਾ ਵੀ ਦਿੰਦੇ ਆਂਗੇ। ਤੇ ਬਾਕੀ ਮੌਕੇ ਤੇ ਹੋ ਜੂਗਾ ਨਾ ਬਈ? ਹਾਂਜੀ ਹੋ ਜੂ ਵੀਰੇ। ਠੀਕ ਆ। ਹੋ ਜਾਊਂਗੀ ਆ 5। ਤੇ ਨੰਬਰ ਬੋਲ ਦੋ ਬਾਈ। ਨੰਬਰ ਆਪਣਾ 97,074,019 ਵੀਰੇ। ਤੇ ਦੁਬਾਰਾ ਇੱਕ ਵਾਰੀ ਹੋਰ ਬੋਲ ਦੋ। 97,074,019। ਠੀਕ ਆ ਵੀਰੇ। ਤੇ ਇਹ ਤੋਂ ਬਿਨਾ ਜੇ ਆਪਾਂ ਬਾਹਰ ਟਰੈਕਟਰ ਲੈ ਕੇ ਜਾਣਾ ਹੋਵੇ ਉਹਦੀ ਐਨਓਸੀ ਵਗੈਰਾ ਮਿਲ ਜਾਂਦੀ ਹੈਗੀ? ਕਿਵੇਂ ਐਨਓਸੀ? ਜਿਵੇਂ ਆਪਾਂ ਇੱਥੋਂ ਹਰਿਆਣੇ ਚ ਲੈ ਕੇ ਜਾਣਾ ਹੋਵੇ। ਹਾਂਜੀ। ਐਨਓਸੀ ਕਟਵਾ ਦਿਓਗੇ? ਐਨਓਸੀ ਤਾਂ ਯਾਰ ਹੁਣ ਨਹੀਂ ਕਟਾਈ ਜਾਣੀ ਵੀਰੇ ਯਾਰ। ਜਾਇਜ਼ ਪਹਿਲਾਂ ਕਹੇ ਦਾ। ਹਾਂ ਹਾਂ ਠੀਕ ਆ ਬਈ। ਐਵੇਂ ਹੈ ਨਾ ਵੀ ਆਪਾਂ ਲਾਰਾ ਲਾ ਦਈਏ। ਠੀਕ ਆ ਬਈ। ਮੇਨ ਗੱਲ ਪੁੱਛਣ ਦਾ ਇਹੀ ਹੈਗਾ ਵੀ ਜਿਹੜੇ ਬੰਦੇ ਦੇ ਨਾਂ ਆਧਾਰ ਕਾਰਡ ਮਿਲ ਜੂਗਾ ਉਹ ਬੰਦੇ ਦਾ। ਠੀਕ ਆ। ਹਾਂਜੀ। ਬਾਕੀ ਸਾਰਾ ਕੁਝ ਓਕੇ ਕਰਵਾ ਕੇ। ਹਾਂ ਕਾਗਜ਼ ਪੱਤਰਾਂ ਦੀ ਜ਼ਿੰਮੇਵਾਰੀ ਹੋਊਗੀ ਆਪਣੀ। ਐਫੀਡੈਵਿਟ ਬਣਾ ਕੇ ਦੇਵਾਂਗੇ। ਹਾਂਜੀ ਠੀਕ ਆ ਬਈ। ਤੇ ਬਾਕੀ ਬਾਈ ਦਾ ਕੰਟੈਕਟ ਨੰਬਰ ਸਕਰੀਨ ਉੱਤੇ ਚੱਲ ਜਾਂਦਾਗਾ। ਬਾਈ ਮੋਗੇ ਮੰਡੀ ਤੇ ਮਿਲਦੇ ਹੁੰਦੇ ਨੇ। ਹਾਂਜੀ ਠੀਕ ਆ। ਤੇ ਮੰਡੀ ਜਿਹੜੀ ਆਪਣੇ
ਤਖਾਨਵਾਦ ਵਾਲਿਆਂ ਦੀ ਮੰਡੀ ਆ। ਠੀਕ ਆ ਬਾਈ ਜੀ, ਆਇਓ ਅਗਲੇ ਬਾਈ ਕੋਲ।